ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਹਰਿਆਣਾ ਗਵਰਨਮੈਂਟ ਨੇ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ। ਉਸ ਸੰਬੰਧ ਦੇ ਵਿੱਚ ਥੋੜ੍ਹੇ ਦਿਨ ਪਹਿਲਾਂ ਅਸੀਂ ਕੁਰੂਕਸ਼ੇਤਰ ਜਾ ਕੇ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਸਾਹਿਬਾਨ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਕਰਕੇ ਆਏ ਸੀ ਔਰ ਉਸ ਦਿਨ ਵੀ ਬੜਾ ਵੱਡਾ ਉਤਸ਼ਾਹ ਜਿਹੜਾ ਉਹ ਵੋਟਾਂ ਦੇ ਮਨ ਦੇ ਵਿੱਚ ਸੀ ਔਰ ਅੱਜ ਵੀ ਜਿਹੜੀ ਮੀਟਿੰਗ ਕੀਤੀ ਗਈ ਹੈ ਉਹਦੇ 'ਚ ਬਕਾਇਦਾ ਤੌਰ ਦੇ ਉੱਤੇ ਕਿਉਂਕਿ ਵੱਧ ਤੋਂ ਵੱਧ ਵੋਟਰ ਰਜਿਸਟਰ ਹੋਣ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਕੋਈ ਪਹਿਲਾਂ ਪੁਰਾਣੀ ਵੋਟਰ ਸੂਚੀ ਨਹੀਂ ਹੁੰਦੀ ਨਵੇਂ ਸਿਰੇ ਤੋਂ ਹੀ ਸਾਰੀ ਦੀ ਸਾਰੀ ਵੋਟਰ ਜਿਹੜੀ ਹੈ ਉਹ ਰਜਿਸਟ੍ਰੇਸ਼ਨ ਹੁੰਦੀ ਇਸ ਕਰਕੇ ਬੜਾ ਵੱਡਾ ਕੰਮ ਹੈ ਉਹਨੂੰ ਸੁਚਾਰੂ ਢੰਗ ਦੇ ਨਾਲ ਵੋਟਰਾਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਵਾਸਤੇ ਕਿ ਵੱਧ ਤੋਂ ਵੱਧ ਫਾਰਮ ਭਰ ਕੇ ਜਿਹੜੇ ਸਿੱਖ ਪਰਿਵਾਰਾਂ ਦੇ ਬਜ਼ੁਰਗਾਂ ਦੇ ਬੀਬੀਆਂ ਦੇ ਨੌਜਵਾਨਾਂ ਦੇ ਸਾਰਿਆਂ ਦੇ ਅਤੇ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਉਹ ਰਜਿਸਟਰ ਕਰੀਆਂ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸਾਰੇ ਹੀ ਜਿਹੜੇ ਸਾਡੇ ਆਗੂ ਸਾਹਿਬਾਨ ਨੇ ਚਾਹੇ ਹਰਿਆਣਾ ਦੇ ਨੇ ਚਾਹੇ ਪੰਜਾਬ ਦੇ ਨੇ ਸਾਰੇ ਚਾਹੁੰਦੇ ਆ ਕਿ ਇਹ ਜਿਹੜਾ ਵੱਡੀ ਸਾਜਿਸ਼ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੰਡਣ ਨੂੰ ਲੈ ਕੇ ਹਰਿਆਣਾ ਦੀ ਜਿਹੜੀ ਸਰਕਾਰ ਨੇ ਸ਼ੁਰੂ ਕੀਤੀ ਸੀ ਉਹਦਾ ਕਰਾਰਾ ਜਵਾਬ ਦੇਣ ਵਾਸਤੇ ਇੱਥੇ ਫਿਰ ਸੰਗਤ ਦੇ ਨੁਮਾਇੰਦੇ ਜਿਹੜੇ ਆ ਉਹਨਾਂ ਦਾ ਪ੍ਰਬੰਧ ਸਥਾਪਿਤ ਕਰਨ ਦੇ ਵਾਸਤੇ ਔਰ ਜਿਹੜੀਆਂ ਸਰਕਾਰੀ ਕਮੇਟੀਆਂ ਨੇ ਜਿਨ੍ਹਾਂ ਦਾ ਅਸਲੀ ਚਿਹਰਾ ਥੋੜ੍ਹੇ ਦਿਨ ਪਹਿਲਾਂ ਨਜ਼ਰ ਆਇਆ ਕਿ ਕਿਸ ਤਰੀਕੇ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਆ ਸੱਤਾ ਪ੍ਰਾਪਤੀ ਦੀ ਤਰ੍ਹਾਂ ਦੌੜ ਲੱਗੀ ਹੋਈ ਹੈ ਔਰ ਮਰਿਆਦਾ ਤੋਂ ਹੇਠਾਂ ਜਾ ਕੇ ਬਹੁਤ ਘਟੀਆ ਜਿਹੜੇ ਕੰਮ ਨੇ ਉਹ ਮੀਟਿੰਗਾਂ ਦੇ ਵਿੱਚ ਹੋ ਰਹੇ ਆ ਉਹਨੂੰ ਉਹਦੇ ਤੋਂ ਸੰਗਤ ਦਾ ਖਹਿੜਾ ਜਿਹੜਾ ਕਿਸੇ ਤਰੀਕੇ ਉੱਚੜਿਆ ਸੋ ਅੱਜ ਜਿਹੜੇ ਆ ਬਕਾਇਦਾ ਤੌਰ ਦੇ ਉੱਤੇ ਸਾਰੇ 40 ਜਿਹੜੇ ਵੱਖ ਵੱਖ ਹਲਕੇ ਨੇ ਹਰਿਆਣੇ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਦੇ 'ਚ ਬਕਾਇਦਾ ਤੌਰ 'ਤੇ ਡਿਊਟੀਆਂ ਲਾ ਕੇ ਵੋਟਾਂ ਦਾ ਕੰਮ ਜਿਹੜਾ ਉਹਦੇ 'ਚ ਸਹਿਯੋਗ ਕਰਨ ਵਾਸਤੇ ਡਿਊਟੀਆਂ ਲਾਈਆਂ ਦੇਖੋ ਇਲੈਕਸ਼ਨ ਆ ਜਿੱਦਾਂ ਦੁਰਵਰਤੋਂ ਹੁੰਦੀ ਹੈ ਇੱਥੇ ਤਾਂ ਸਰਕਾਰ ਪਹਿਲਾਂ ਹੀ ਸਾਰੀ ਜਿਹੜੀ ਹੈ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਕੋਲ ਧੱਕੇ ਨਾਲ ਕਬਜ਼ੇ 'ਚ ਲੈਣ ਵਾਸਤੇ ਸਾਰੀਆਂ ਹੱਦਾਂ ਬੰਨੇ ਪਹਿਲਾਂ ਟੱਪ ਚੁੱਕੇ ਕਿਉਂਕਿ ਜਿਸ ਤਰ੍ਹਾਂ ਦੇ ਪ੍ਰਬੰਧਕ ਸਰਕਾਰੀ ਕਮੇਟੀ ਬਣਾ ਕੇ ਸਰਕਾਰ ਨੇ ਥਾਪੇ ਅੱਜ ਪ੍ਰਧਾਨ ਨੂੰ ਵੀ ਅਤੇ ਜਨਰਲ ਸਕੱਤਰ ਨੂੰ ਵੀ ਦੋਨੋਂ ਤਾਂ ਅਸਤੀਫੇ ਦੇਣੇ ਪੈ ਗਏ ਔਰ ਰੌਲਾ ਕਿਸ ਗੱਲ ਦਾ ਪੈਸੇ ਦਾ ਕਿਸੇ ਦੇ ਉੱਤੇ ਨਸ਼ਿਆਂ ਦੇ ਦੋਸ਼ ਲੱਗ ਰਹੇ ਆ ਕਿਸੇ ਦੇ ਉੱਤੇ ਹੋਰ ਗੰਭੀਰ ਦੋਸ਼ ਲੱਗ ਰਹੇ ਇਸ ਕਰਕੇ ਹਰਿਆਣਾ ਦੇ ਵਿੱਚ ਤਾਂ ਸਰਕਾਰ ਨੇ ਪਹਿਲਾਂ ਹੀ ਕੋਈ ਕਸਰ ਨਹੀਂ ਛੱਡੀ ਅਤੇ ਜਿਹੜੀ ਸਰਕਾਰ ਨੇ ਪਹਿਲਾਂ ਇੰਨੇ ਨੀਵੇਂ ਪੱਧਰ ਤੱਕ ਜਾ ਕੇ ਦਖਲਅੰਦਾਜ਼ੀ ਕੀਤੀ ਹੈ ਉਹਦੇ ਤੋਂ ਤੁਸੀਂ ਅੱਗੋਂ ਵੀ ਕੀ ਉਮੀਦ ਕਰਦੇ ਹੋ ਪਰ ਇਹ ਹੈ ਕਿ ਸਾਡੇ ਜਿਹੜੇ ਆਪਣੇ ਪਾਰਟੀ ਦੇ ਆਗੂ ਨੇ ਉਹ ਇਸ ਗੱਲ ਵਾਸਤੇ ਸੁਚੇਤ ਆ ਔਰ ਅਸੀਂ ਜਿਹੜੇ ਆ ਇਸ ਗੱਲ ਦੇ ਉੱਤੇ ਪਹਿਰਾ ਦਿਆਂਗੇ ਕਿ ਜਿਹੜੇ ਜੈਨੂਇਨ ਵੋਟਰ ਆ ਉਹ ਰਜਿਸਟਰ ਇਹ ਸੰਗਤ ਨੂੰ ਤਾਂ ਇਹੀ ਬੇਨਤੀ ਹੈ ਕਿ ਇਹ ਇੱਕ ਮੌਕਾ ਹੈ ਤੁਹਾਡੇ ਕੋਲ ਕਿ ਸੰਗਤੀ ਪ੍ਰਬੰਧ ਜਿਹੜਾ ਉਹਨੂੰ ਕਾਇਮ ਕੀਤਾ ਜਾਵੇ ਹਰਿਆਣਾ ਦੀ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਹੁਣ ਬੀਜੇਪੀ ਦੀ ਸਰਕਾਰ ਹੈ ਉਹਨੇ ਸਿੱਖਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨਾਲੋਂ ਆਪਣੇ ਧੁਰੇ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਸਿੱਖਾਂ ਦੀ ਜਿਹੜੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਵੰਡਣ ਦੀ ਬੜੀ ਵੱਡੀ ਸਾਜਿਸ਼ ਰਚੀ ਇਸ ਕਰਕੇ ਇਹਨਾਂ ਸਾਜਿਸ਼ਾਂ ਦਾ ਅਸਲੀ ਜਵਾਬ ਜਿਹੜਾ ਦੇਣ ਦਾ ਮੌਕਾ ਇਹੀ ਹੈ ਕਿ ਹਰਿਆਣੇ ਦੀ ਸੰਗਤ ਇਕੱਠੀ ਹੋ ਕੇ ਫਿਰ ਜਿਹੜੀ ਹੈ ਵਧੀਆ ਸੰਗਤੀ ਪ੍ਰਬੰਧ ਕਾਇਮ ਕਰੇ ਤਾਂ ਜੋ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਪਣੇ ਜਿਹੜੇ ਹੱਥ ਕੰਡੇ ਵਰਤ ਕੇ ਆਪਣੀ ਮਰਜ਼ੀ ਦੇ ਪ੍ਰਬੰਧਕ ਤੁਸੀਂ ਨਹੀਂ ਕਰ ਸਕਦੇ ਸੰਗਤ ਆਪਣੇ ਗੁਰਧਾਮਾਂ ਦੇ ਪ੍ਰਬੰਧ ਵਾਸਤੇ ਸੁਚੇਤ ਹੈ ਔਰ ਵਧੀਆ ਅਕਸਾਲੇ ਜਿਹੜੇ ਹੈ ਉਹ ਸੰਗਤ ਦੇ ਨੁਮਾਇੰਦੇ ਜਿਹੜੇ ਆ ਉਹ ਚੁੱਕ ਕੇ
ਅਤੇ ਆਪਣਾ ਤੱਕ ਪ੍ਰਬੰਧ ਸਥਾਪਿਤ ਕਰੇ। ਬਹੁਤ ਘਟੀਆ ਸੀ ਉਹਦੇ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਬਹੁਤ ਵੱਡੀ ਸੱਟ ਵੱਜੀ ਹੈ, ਕਿਉਂਕਿ ਗੁਰੂ ਘਰਾਂ ਦੇ ਨੁਮਾਇੰਦੇ ਇੰਨੀ ਮਾੜੀ ਸ਼ਬਦਾਵਲੀ ਇੱਕ ਦੂਜੇ ਨੂੰ ਵਰਤਣ, ਗਾਲੀ ਗਲੋਚ ਹੋਣ, ਉਹਨਾਂ ਦੇ ਉੱਤੇ ਨਸ਼ਿਆਂ ਦੀਆਂ ਐਲੀਗੇਸ਼ਨਾਂ ਲੱਗਣ, ਉਹਨਾਂ ਦੇ ਉੱਤੇ ਗੋਲਕ ਦੇ ਪੈਸੇ ਦੀ ਦੁਰਵਰਤੋਂ ਦੀਆਂ ਐਲੀਗੇਸ਼ਨਾਂ ਲੱਗਣ, ਇਹ ਸੰਗਤ ਕਦੀ ਵੀ ਇਹ ਚੀਜ਼ਾਂ